ਸਲਾਮ ਅਲੈਕਮ ਜੀ ਆਪ ਕੀ ਹਾਲੇ ਤੁਹਾਡਾ ਦੋਸਤਾਂ ਦਾ ਸਭ ਠੀਕ ਹੈ ਇਹ ਦੇਖੋ ਅਸੀਂ ਜਾਣੇ ਪਏ ਆ ਜਦੋਂ ਕਾਨਾਂ ਨੁਰਾਂ ਦੇ ਹਸਤੇ ਚ ਇਹ ਦੇਖੋ ਇਟਰਨਲ ਆਈ ਜੇ ਚਾਈਨਾ ਇਕਨੋਮਿਕ ਕਾਰਕੋਰਡੋਰ ਦੇ ਸਿਸਲੇ ਜੇ ਬਣੀ ਜੇ ਹਜ਼ਾਰਾ ਮੋਟਰਵੇ ਤੇ ਤੇ ਐਨੇ ਸਫਰ ਆਸਾਨ ਕਰ ਦਿੱਤੇ ਨੇ ਜਿਹੜਾ 6 ਘੰਟੇ ਦਾ ਸਫਰ ਸੀ ਉਹਨੇ ਇਹਨੇ 2-3 ਘੰਟੇ ਤੇ ਕਰ ਦਿੱਤਾ ਐ ਫਟਾਬਾਦ ਹਜ਼ਾਰਾ ਜਿਹੜੀ ਹੈ ਨਾ ਇਹ ਮੋਟਰਵੇ ਦਾ ਨਾਮ ਹੈ ਜੀ ਐ ਤਕਿਪਨ ਕੋਈ 1 ਕਿਲੋਮੀਟਰ ਵੀ ਇਹ ਕੋਈ ਆਪਣਾ 7 ਕਿਲੋਮੀਟਰ ਹੈ ਬਸ ਦੋ ਤਿੰਨ ਜੁੜੀਆਂ ਨੇ ਟੰਨਾ ਐਸ ਤਰ੍ਹਾਂ ਦੇ ਕਿੰਨੇ ਇਹ ਕਾਫੀ ਲੰਬੀ ਹੈ ਤੱਕ ਇਹ ਮੂੰ 7 ਕਿਲੋਮੀਟਰ ਦੀ ਤੇ ਇਹ ਵਿੱਚ ਵਕਫੇ ਆਉਂਦਾ ਹੈ ਕਿ ਵਿੱਚ ਅਵਿਚ ਜਗ੍ਹਾ ਬਣੀ ਹੈ ਸਪੇਸ ਬਣੀ ਹੈ ਰੋਸ਼ਨੀ ਵਾਸਤੇ ਵੀ ਤੇ ਐਸਟੇ ਲਾਈਟਰ ਸ਼ਟਾ ਨਹੀਂ ਚੱਲ ਰਹੀਆਂ ਬਹਰਾਲ ਇਹ ਬਹੁਤ ਇੱਕ ਕਾਰਨਮ ਹੈ ਚਾਈਨਾ ਤੇ ਪਾਕਿਸਤਾਨ ਦੇ ਕਾਰੀਡੋਰ ਦੇ ਵਿੱਚ ए बहुत जबरदस्त बनी है सड़क है टनल जड़ी है हज़ारा केंद्र ने हज़ारा टनल जड़ी है एपटाबाद हज़ारा टनल एपटाबाद मानसरा टनल जड़ी है जी बहुत सात किलोमीटर हैगी देखे दे काबल जूबा है ऊपर सारे पहाड़ ने ए, ए एक और दूसरी टनल आई है यह भी इशारा रेशम के उत्ते बनी ए जरा छोटी ए देखो है भी देखे दे कबल है ਖੂਬ ਸੁੰਦਰ ਉੱਤੇ ਸਾਰੇ ਪਹਾੜ ਨੇ ਤੇ ਥੱਲੇ ਜਨਾਬ ਇਹ ਟਨਲ ਬਣੀ ਹੋਰ ਖੂਬਸੂਰਤ ਬਣੀ ਹੈ ਪਾਕਿਸਤਾਨ ਬਹੁਤ ਜ਼ਿਆਦਾ ਵਸਾਇਆ ਲੱਗੇ ਨੇ ਪਾਕਿਸਤਾਨ ਕੋ ਬਹੁਤ ਜ਼ਿਆਦਾ ਟੈਲੈਂਟ ਹੈਗਾ ਤੇ ਇਹ ਜਨਾਬ ਜਿਹੜਾ ਨਾ ਚਾਈਨਾ ਨਾਲ ਇਸ਼ਤਿਹਾਕ ਦੇ ਨਾਲ ਹੈ ਬਣੀ ਕਿਉਂਕਿ ਸਾਰਾ ਜਨਾ ਬਿਜ਼ਨਸ ਹੈ ਨਾ ਚਾਈਨਾ ਦਾ ਉਹ ਹੈ ਰੂ ਹੋਏਗਾ ਐਸ ਰੋਡ ਦੇ ਥਰੂ ਇਹ ਚਾਈਨਾ ਜਾਂਦੀ ਇਹ ਸੜਕ ਜਿਹੜੀ ਹੈ ਤੇ ਖੁਰਜਰਾਬ ਬਾਰਡਰ ਤੱਕ ਤੇ ਸਾਰਾ ਟ੍ਰੇਡ ਜਿਹੜਾ ਨੇ ਉਹ ਐਨੇ ਥ्रू ਹੀ ਹੁੰਦਾ ਐ ਸੜਕ ਦੇ ਜ਼ਰੀਏ ਕਿਉਂਕਿ ਐ ਸੜਕ ਜਿਹੜੀ ਹੈ ਨਾ ਅਗਰ ਬੰਦ ਹੋਵੇ ਤੇ ਫਿਰ ਟ੍ਰੇਡ ਜਿਹੜਾ ਮੁਸ਼ਕਲ ਹੋ ਜਾਏਗਾ ਐਸ ਵਾਸਤੇ ਦੋਵਾਂ ਮੁਲਕਾਂ ਦੀ ਮਜਬੂਰੀ ਹੈ ਕਿ ਐ ਨੂਨਾ ਐਟਰਨਲ ਜਿਹੜੀਆਂ ਨਾ ਇਹਨਾਂ ਨੂੰ ਇੱਕ ਹੋਟਲ ਜੇ ਅ ਵੀ ਦੇਖੋ ਐ ਐ ਵੀ ਰਸਤੇ ਜਾਂਦੀ ਵੀ ਜੀ ਐ ਨਰਾਨਕਾਗਾਂ ਦੇ ਰਸਤੇ ਦੇ ਵਿੱਚ ਐ ਰੋਡ ਜਿਹੜਾ ਦਾ ਸਿਲਕ ਰੋਡ ਕਹਿੰਦੇ ਨੇ ਸਕ੍ਰਾਈਬ अपना सी पैड सी पैक ਦੇ ਨਾਂ ਤੇ ਚੱਲਦੀ ਹੋਈ ਹੈ ਤੇ ਇਹ ਵੀ ਦੇਖੋ ਕਾਫੀ ਵੱਡੇ ਰੂਪ ਦਾ ਕਹੇ ਜੇ ਟਨਲ ਤੇ ਸਾਰਾ ਟ੍ਰੇਡ ਜਿਹੜਾ ਨਾ ਹੈ ਟਨਲ ਦੇ ਜ਼ਰੀਏ ਹੁੰਦਾ ਪਿਆ ਤੇ ਦੇਖਣ ਦੇ ਕਾਬਲੇ ਉਹ ਜੂਬਾ ਹੈਗਾ ਉੱਪਰ ਸੰਗਲਾਕ ਪਹਾੜ ਨੇ ਬਹੁਤ ਜ਼ਿਆਦਾ ਤੇ ਦੇਖੋ ਕੈਸੀ ਚੀਜ਼ ਬਣਾਈ ਹੈ ਇਨਸਾਨ ਮਿਹਨਤ ਕਰੇ ਤਾਂ ਸਾਰਾ ਕੁਝ ਹੋ ਜਾਂਦਾ ਕਿਹੜਾ ਕੰਮ ਨਹੀਂ ਹੁੰਦਾ ਜਿਹੜਾ ਇਨਸਾਨ ਕੋਈ ਐਸਾ ਕੋਈ ਇੰਪੋਸੀਬਲ ਕੋਈ ਕੰਮ ਨਹੀਂ ਹੁੰਦਾ ਪੋਸੀਬਲ ਹੈ ਹਰ ਚੀਜ਼ ਪੋਸੀਬਲ ਹੈ ਮੈਂ ਲੇਕਿਨ ਇਹਦੇ ਵਾਸਤੇ ਮਿਹਨਤ ਤੇ ਲਗਨ ਜ਼ਰੂਰੀ ਹੈ ਤੇ ਐ ਦੇਖੋ ਆਪਣਾ ਉਹ ਨਸੀ ਆਪਣਾ ਜਾ ਰਹੇ ਆ ਉਧਰ ਆਪਣਾ ਕਿਨਾਰਾ ਆਪਣਾ ਨਾਰਾਨ ਅੰਦਰ ਨਾਰਾਨ ਉਹ ਟੂਰ ਹੈਗਾ ਸਾਡਾ ਸਕਰਦੂ ਦਾ ਤੇ ਖੁੰਜਾ ਦਾ ਤੇ ਇਹ ਰਸਤੇ ਚ ਹੈ ਸਾਰਾ ਸਿਸਲਾ ਤੇ ਬੜੀ ਸਿਸਲ ਦੇ ਥੱਲੇ ਸਾਰੀ ਟਨਲ ਬਣੀ ਹੈ ਬਾਇ ਤਕਰੀਬਨ 7 ਕਿਲੋਮੀਟਰ ਹੈ ਬਹੁਤ ਲੰਬੀ ਤੇ ਦੇਖਣ ਦੇ ਕਾਬਲ ਹੈ ਜੀ ਤੁਸੀਂ ਵੀ ਆਓ ਤੇ